ਤੇ ਹੁਣ ਆਪਾਂ ਗੱਲ ਕਰਦੇ ਆ ਕਿ ਖਾਣਾ ਕੀ ਹੈ ਖਾਣਾ ਕੀ ਹੈ ਨਾ ਮੇਨ ਚੀਜ਼ ਤੇ ਆ ਗਈ ਨਾ ਖਾਣ ਵਾਲੀ ਨਾ ਖਾਣ ਵਾਲੀਆਂ ਚੀਜ਼ਾਂ ਬਹੁਤ ਹੋ ਜਾਂਦੀਆਂ ਬਹੁਤ ਲਿਸਟ ਲੰਬੀ ਹੈ ਤੇ ਆਪਾਂ ਖਾਣਾ ਕੀ ਹੈ ਸਭ ਤੋਂ ਇਹਦਾ ਜ਼ਬਰਦਸਤ ਇਲਾਜ ਹੈ ਨਾ ਬਹੁਤ ਸੌਖੀ ਆਈਟਮ ਹੈ ਫ੍ਰੀ ਮਿਲਦੀ ਹੈ ਘਰ ਦੇ ਵਿੱਚ ਉਹ ਹੈਗੀ ਹੈ ਪਾਣੀ ਪਾਣੀ ਕਿਉਂਕਿ ਤੁਹਾਨੂੰ ਮੈਂ ਸਮਝਾਇਆ ਕਿ ਜਿਹੜਾ ਕ੍ਰਿਸਟਲ ਹੈ ਖੂਨ ਦੇ ਵਿੱਚ ਆਇਆ ਹੋਇਆ ਹੈ ਇਹਨੂੰ ਕੱਢਣਾ ਕਿੰਨੇ ਹੈ ਕਿਡਨੀ ਨੇ ਕੱਢਣਾ ਕਿਹਦੇ ਰਾਹੀਂ ਹੈ ਪਾਣੀ ਰਾਹੀਂ ਪਾਣੀ ਰਾਹੀਂ ਪਿਸ਼ਾਬ ਨੂੰ ਪਿਸ਼ਾਬ ਰਾਹੀਂ ਤੇ ਜਿਹੜਾ ਆਪਾਂ ਪਾਣੀ ਪੀਂਦੇ ਆ ਇੱਕ ਗਲਾਸ ਸਵੇਰੇ ਇੱਕ ਗਲਾਸ ਸਵੇਰੇ ਇੱਕ ਗਲਾਸ ਸ਼ਾਮ ਨੂੰ ਤੇ ਉਹ ਮਤਲਬ ਟੋਟਲ ਮਿਲਾ ਕੇ 600 ਐਮਐਲ ਬੰਦਾ ਹੈ ਉਹ ਵੀ ਅਸੀਂ ਪੂਰਾ ਗਲਾਸ ਨਹੀਂ ਪੀਂਦੇ ਕਈ ਵਾਰੀ ਤੇ ਮਤਲਬ ਕਹਿਣ ਦਾ ਮਤਲਬ ਹੈ ਕਿ ਸਾਨੂੰ ਸਰੀਰ ਚੋਂ ਯੂਰਿਕ ਐਸਿਡ ਬਾਹਰ ਕੱਢਣ ਵਾਸਤੇ ਸਾਨੂੰ 2.5 ਤੋਂ 3 ਲੀਟਰ ਪਾਣੀ ਜ਼ਰੂਰੀ ਹੈ ਅੱਜ ਕੱਲ੍ਹ ਗਰਮੀਆਂ ਬਹੁਤ ਆ ਗਈਆਂ ਟੈਂਪਰੇਚਰ ਬਹੁਤ ਹਾਈ ਹੈ ਤੇ ਸਾਨੂੰ ਪਸੀਨਾ ਵੀ ਆਉਂਦਾ ਹੈ ਬਿਲਕੁਲ ਸਾਨੂੰ 200-300 ਐਮਐਲ ਦਾ ਪਸੀਨਾ ਹੀ ਆ ਜਾਂਦਾ ਹੈ ਤੇ ਬੋਡੀ ਚ ਕੀ ਗਿਆ ਕੀ ਗਿਆ ਮਤਲਬ 3 ਕੁ ਲੀਟਰ 2.5 ਤੋਂ 3 ਲੀਟਰ ਇੱਕ ਦਿਨ ਚ ਜ਼ਰੂਰ ਪੀਓ ਹਾਂਜੀ ਕਿਉਂਕਿ ਇਹਦਾ ਜਿਹੜਾ ਬਾਹਰ ਨਿਕਲਣਾ ਤਰੀਕਾ ਹੈਗਾ ਉਹ ਕਿਡਨੀ ਹੈ ਉਹ ਅੱਗੇ ਪਿਸ਼ਾਬ ਤੇ ਆ ਪਾਣੀ ਦੇ ਨਾਲ ਨਿਕਲਦੀ ਹੈ ਬਿਲਕੁਲ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਬੰਦਾ ਮੇਨ ਮੈਂ ਪਾਣੀ ਕਿਹਾ ਠੀਕ ਹੈ ਸਭ ਤੋਂ ਪਹਿਲੇ ਨੰਬਰ ਤੇ ਹਾਂ ਆਪਾਂ ਇਹ ਬਾਕੀ ਧਿਆਨ ਬਹੁਤ ਦਿੰਦੇ ਆ ਆ ਨਹੀਂ ਖਾਣਾ ਉਹ ਨਹੀਂ ਖਾਣਾ ਆ ਖਾਣਾ ਪਾਣੀ ਵੀ ਧਿਆਨ ਨਹੀਂ ਦਿੰਦੇ ਤੇ ਆਪਾਂ ਜਿਹੜੀ ਲੋਕੀ ਧਿਆਨ ਨਹੀਂ ਦਿੰਦੇ ਅਸੀਂ ਉੱਤੇ ਰੱਖਾਂਗੇ ਕਿ ਪਾਣੀ ਆਪਾਂ ਜ਼ਰੂਰ ਪੀਣਾ ਹੈ।